ਫਿਲੋਰ ਵਿੱਚ ਆਏ ਦਿਨ ਚੋਰੀ ਅਤੇ ਲੁੱਟਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਹੋ ਜਿਹਾ ਮਾਮਲਾ ਅੱਜ ਇੱਕ ਵਾਰ ਫਿਲੋਰ ਦੇ ਨਜ਼ਦੀਕ ਪਿੰਦੇ ਪਿੰਡ ਕੰਗਰਾਈਆਂ ਵਿਖੇ ਵੇਖਣ ਨੂੰ ਫਿਰ ਮਿਲਿਆ। ਇੱਕ ਬਜ਼ੁਰਗ ਜਿਸ ਦਾ ਨਾਮ ਬਲਦੇਵ ਸਿੰਘ ਹੈ, ਉਸ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਮੋਟਰ ਦੇ ਉੱਤੇ ਸੁੱਤਾ ਪਿਆ ਸੀ ਕਿ ਇੰਨੇ ਨੂੰ ਕੁਝ ਅਣਪਛਾਤੇ ਨੌਜਵਾਨ ਆਏ ਅਤੇ ਉਸ ਨੂੰ ਬੰਦੀ ਬਣਾ ਦਿੱਤਾ ਅਤੇ ਉਸ ਦੀਆਂ 3 ਮੱਝਾਂ ਅਤੇ 1 ਕੱਟੀ ਚੋਰੀ ਕਰ ਉਸ ਨੂੰ ਬੰਨ ਕੇ ਫਰਾਰ ਹੋ ਗਏ। ਉਸ ਬਜ਼ੁਰਗ ਨੇ ਦੱਸਿਆ ਕਿ ਉਸ ਨੂੰ ਉਹਨਾਂ ਨੌਜਵਾਨਾਂ ਨੇ ਬੜੀ ਬੇਰਹਿਮੀ ਨਾਲ ਕੁੱਟਿਆ ਅਤੇ ਉਸਦੇ ਹੱਥ ਪੈਰ ਬੰਨ ਕੇ ਉਸ ਨੂੰ ਮੰਜੇ ਨਾਲ ਬੰਨ ਦਿੱਤਾ ਅਤੇ 3 ਮੱਝਾਂ 1 ਕੱਟੀ ਚੋਰੀ ਕਰ ਉੱਥੋਂ ਫਰਾਰ ਹੋ ਗਏ। ਅਤੇ ਜਦੋਂ ਇਸ ਮਾਮਲੇ ਵਿੱਚ ਬਜ਼ੁਰਗ ਦੇ ਪਰਿਵਾਰਕ ਮੈਂਬਰ ਮਨਪ੍ਰੀਤ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਰਾਤ 1:30 ਵਜੇ ਦੇ ਕਰੀਬ ਕੁਝ ਅਣਪਛਾਤੇ ਨੌਜਵਾਨ ਉਹਨਾਂ ਦੀ ਮੋਟਰ 'ਤੇ ਘੁੰਮ ਰਹੇ ਹਨ। ਜਦੋਂ ਉਹਨਾਂ ਨੂੰ ਪੁੱਛਿਆ ਕਿ ਇਸ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਾ ਤਾਂ ਉਹਨਾਂ ਨੇ ਦੱਸਿਆ ਕਿ ਮੋਟਰ 'ਤੇ ਕੁਝ ਕੁੱਤੇ ਰੱਖੇ ਹਨ। ਜਦੋਂ ਉਹ ਭੌਂਕਣ ਲੱਗੇ ਤਾਂ ਉਹਨਾਂ ਦੇ ਚਾਚਾ ਨੇ ਦੇਖਿਆ ਕਿ ਅੰਦਰ ਅਣਪਛਾਤੇ ਨੌਜਵਾਨ ਘੁੰਮ ਰਹੇ ਹਨ ਅਤੇ ਉਹਨਾਂ ਨੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਅਤੇ ਉਹਨਾਂ ਦੇ ਹੱਥ ਪੈਰ ਬੰਨ੍ਹ ਕੇ ਉਹਨਾਂ ਨੂੰ ਮੰਜੇ ਦੇ ਨਾਲ ਬੰਨ੍ਹ ਦਿੱਤਾ। ਉਹਨਾਂ ਨੇ ਕਿਹਾ ਕਿ ਅਗਰ ਤੂੰ ਰੌਲਾ ਪਾਇਆ ਤਾਂ ਅਸੀਂ ਤੇਰੇ ਗੋਲੀ ਮਾਰ ਦੇਵਾਂਗੇ। ਅਤੇ ਉਸ ਨੂੰ ਡਰਾਉਣ ਧਮਕਾਉਣ ਤੋਂ ਬਾਅਦ ਉੱਥੇ 3 ਮੱਝਾਂ ਅਤੇ 1 ਕੱਟੀ ਚੋਰੀ ਕਰ ਫਰਾਰ ਹੋ ਗਏ। ਜਾਂਦੇ ਜਾਂਦੇ ਇੱਕ ਕੁੱਤੇ ਦੀ ਵੀ ਲੱਤ ਤੋੜ ਗਏ ਅਤੇ ਉਸਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਸਵੇਰੇ ਉਸ ਦਾ ਭਰਾ ਮੋਟਰ ਦੇ ਉੱਤੇ ਦੁੱਧ ਲੈਣ ਗਿਆ ਤਾਂ ਉਸਨੇ ਦੇਖਿਆ ਕਿ ਬਜ਼ੁਰਗ ਨੂੰ ਮੰਜੇ ਦੇ ਨਾਲ ਬੰਨ੍ਹਿਆ ਪਿਆ ਹੈ ਅਤੇ 3 ਮੱਝਾਂ ਅਤੇ 1 ਕੱਟੀ ਚੋਰੀ ਕਰ ਚੋਰ ਉੱਥੋਂ ਫਰਾਰ ਹੋ ਗਏ। ਅਤੇ ਬਜ਼ੁਰਗ ਦੇ ਸੱਟਾਂ ਵੱਜੀਆਂ ਦੇਖ ਕੇ ਉਸ ਨੂੰ ਤੁਰੰਤ ਫਲੋਰ ਦੇ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਗਿਆ ਅਤੇ ਇਸ ਦੀ ਸੂਚਨਾ ਮਿਲਦੇ ਹੀ ਫਲੋਰ ਪੁਲਿਸ ਸਿਵਲ ਹਸਪਤਾਲ ਵਿਖੇ ਪਹੁੰਚੀ ਅਤੇ ਉੱਥੇ ਉਹਨਾਂ ਨੇ ਬਿਆਨ ਦੇ ਆਧਾਰ 'ਤੇ CCTV ਕੈਮਰਿਆਂ ਦੀ ਖੰਗਾਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਇਸ ਮਾਮਲੇ ਵਿੱਚ SHO ਫਲੋਰ ਸੰਜੀਵ ਕਪੂਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਹੈ ਕਿ ਪੁਲਿਸ CCTV ਕੈਮਰੇ ਚੈੱਕ ਕਰਕੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ ਅਤੇ ਜਲਦ ਤੋਂ ਜਲਦ ਦੋਸ਼ੀਆਂ ਨੂੰ 5 ਲੱਖਾਂ ਪਿੱਛੇ ਦੇ ਦਿੱਤਾ ਜਾਵੇਗਾ। ਫਿਲੌਰ ਤੋਂ ਅਮਰਜੀਤ ਸਿੰਘ ਮੋਨੋ ਦੀ ਖਾਸ ਰਿਪੋਰਟ। ਮੈਂ ਤੁਹਾਡਾ ਬਲਦੇਵ ਸਿੰਘ। ਕੀ ਮਸਲਾ ਹੋਇਆ ਬਜ਼ੁਰਗ? ਉਹ ਹਸਪਤਾਲ ਪਏ ਆ। ਮਸਲਾ ਮੇਰਾ ਚੋਰੀ ਹੋ ਗਈ ਆ ਜੀ। ਕਾਹਦੀ ਚੋਰੀ ਹੋਈ ਜੀ? ਮਈਆਂ ਜੀ। ਕਿੰਨੀਆਂ ਮੱਝਾਂ ਸੀ? ਮਈਆਂ, ਕੱਟੀ ਆ। ਅੱਛਾ ਜੀ, ਕਿਹੜੇ ਪਿੰਡ ਤੋਂ ਆ ਜੀ? ਕੰਗਰਾਈਆਂ। ਇਹ ਚੋਰੀ ਕਦੋਂ ਹੋਈ ਜੀ? ਚੋਰੀ 1:30 ਵਜੇ, 1:45 ਵਜੇ। ਕਦੋਂ? ਕੱਲ੍ਹ ਰਾਤੀ? ਕੱਲ੍ਹ ਰਾਤੀ ਜਾਂ ਰਾਤ ਗੰਘ ਕੇ ਗਈ ਹੈ। ਅੱਛਾ ਜੀ, ਅਤੇ ਜਦੋਂ ਚੋਰੀ ਹੋਈ ਪਤਾ ਕਿੱਦਾਂ ਲੱਗਾ ਤੁਹਾਨੂੰ ਚੋਰੀ? ਮੈਂ ਉੱਥੇ ਹੁੰਦਾ। ਖੂਹ 'ਤੇ ਸੀਗਾ ਤੁਸੀਂ? ਠੀਕ ਹੈ। ਅੱਛਾ, ਅਤੇ ਬੰਦੇ ਪਛਾਣਦੇ ਆ ਤੁਸੀਂ? ਕੌਣ? ਬੰਦੇ ਨਿਗਾਹ ਸੀ, ਪਛਾਣ ਨਹੀਂ ਹੋਏ। ਜਾਂ ਮੇਰਾ ਮੂੰਹ ਜਾਂ ਗੋਡਾ ਦੇ ਤਾਂ ਮੈਂ ਕੀ ਪਛਾਣਨਾ ਸੀ। ਅੱਛਾ ਜੀ, ਅਤੇ ਪੁਲਿਸ ਵਾਲੇ ਆਏ ਆ? ਪੁਲਿਸ ਵਾਲਿਆਂ ਨੂੰ ਦੱਸਿਆ? ਕਰ ਗਏ ਆਪਣੀ ਕਾਰਵਾਈ। ਠੀਕ ਹੈ ਜੀ। ਕੀ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ? ਜੇ ਸਾਨੂੰ ਬੰਦੇ ਮਿਲਣਗੇ, ਪੈਸੇ ਪਸ਼ੂ ਤਾਂ ਮਿਲਣ ਨਹੀਂ, ਕੋਈ ਪੈਸੇ ਮਿਲ ਜਾਣਗੇ। ਹਾਂ, ਪਸ਼ੂ ਮਿਲ ਜਾਣ, ਪਸ਼ੂ ਵਧੀਆ। ਕਿੰਨੇ ਕੁ ਦਾ ਨੁਕਸਾਨ ਹੋ ਗਿਆ ਜੀ ਬਾਪੂ ਜੀ ਤੁਹਾਡਾ ਕੁੱਲ ਮਿਲਾ ਕੇ? ਚਾਰ ਲੱਖ ਤੋਂ ਉੱਤੇ ਹੋਣਾ ਮੇਰਾ ਖਿਆਲ। ਮੈਂ ਭਾਜੀ ਤੁਹਾਡਾ ਭਾਈ, ਮੇਰਾ ਨਾਮ ਮਾਨਵੀ ਕੁਮਾਰ ਹੈ। ਕਿਹੜਾ ਪਿੰਡ ਆ ਭਾਜੀ? ਭਾਈ ਕੰਗਰੇ। ਕੀ ਭਾਜੀ ਬਜ਼ੁਰਗ ਦਾਖਲ ਆ, ਕੀ ਹੋਇਆ, ਕੀ ਮਾਮਲਾ ਸਰ? ਭਾਈ ਅੱਜ 1:30 ਵਜੇ ਦੀ ਗੱਲ ਆ, ਅਤੇ ਪਹਿਲਾਂ ਕੁੱਤੇ ਭੌਂਕਦੇ ਸੀਗੇ ਜੀ, ਕੋਈ ਚਾਚਾ ਜੀ ਨੇ ਉੱਠ ਕੇ ਦੇਖਿਆ ਜੀ ਕਿਉਂ ਭੌਂਕਦੇ ਆ, ਅਤੇ ਜਦੋਂ ਇਹ ਦੇਖਣ ਲੱਗੇ ਨਾ, ਵਿੱਚੋਂ 4 ਬੰਦੇ ਨੇ ਆਣ ਕੇ ਇਹਨਾਂ ਨੂੰ ਫੜ ਲਿਆ। ਪਹਿਲਾਂ ਇਹਨਾਂ ਨੂੰ ਕੁੱਟਮਾਰ ਕੀਤੀ ਅਤੇ ਇਹਨਾਂ ਨੂੰ ਕਿਹਾ ਜੇ ਤੁਸੀਂ ਰੌਲਾ ਪਾਇਆ ਮੈਂ ਤੁਹਾਡੇ ਗੋਲੀ ਮਾਰ ਦੇਣੀ, ਅਤੇ ਇਹਨਾਂ ਨੂੰ ਕੁੱਟਮਾਰ ਕੀਤੀ, ਕੁੱਟਮਾਰ ਕਰਕੇ ਇਹਨਾਂ ਨੂੰ ਮੰਜੇ ਦਾ ਬੰਨ੍ਹ ਤਾ, ਬੰਨ੍ਹ ਕੇ ਅਤੇ ਨਾਲੇ ਇਹਨਾਂ ਨੂੰ ਜ਼ਿਆਦਾ ਸੱਟਾਂ ਲੱਗੀਆਂ, ਦੰਦ ਉਹਨੇ ਵੀ ਟੁੱਟਿਆ। ਅਤੇ ਮੁੜ ਕੇ ਬਾਅਦ ਵਿੱਚ ਜਦੋਂ ਇਹਨਾਂ ਨੇ ਜਦੋਂ ਕਿਹਾ ਕਿ ਗੋਲੀ ਮਾਰ ਦੇਣੀ, ਕੁਝ ਬੋਲੇ ਨਹੀਂ, ਅਤੇ ਮੁੜ ਕੇ ਮੱਝਾਂ ਖੋਲ੍ਹ ਕੇ ਲੈ ਗਏ। ਅਤੇ ਇਹ 2 ਕੁੱਤੇ ਸੀਗੇ, ਇੱਕ ਕੁੱਤੇ ਦੀ ਲੱਤ ਤੋੜਤੀ, ਇੱਕ ਕੁੱਤੇ ਨੂੰ ਪਤਾ ਨਹੀਂ ਕੁਝ ਖਿਲਾਇਆ ਪਿਲਾਇਆ, ਨਾ ਉਹ ਪਾਣੀ ਪੀਂਦਾ, ਨਾ ਕੁਝ ਕੁਛ ਵੀ ਨਹੀਂ ਕਰਦਾ, ਅਤੇ ਨਾ ਉਹ ਬੋਲਦਾ। ਅਤੇ ਬਾਅਦ 'ਚੋਂ ਜਦੋਂ ਆਉਣੀ ਸੀ ਸਵੇਰੇ, ਮੇਰਾ ਭਾਜੀ ਜਿੰਦਾ ਉੱਠ ਕੇ ਨਾ, ਅਤੇ 5 ਵਜੇ ਨਾ ਦੁੱਧ ਲੈਣ ਜਾਂਦਾ, ਜਦੋਂ ਉਹਨਾਂ ਨੇ ਦੇਖਿਆ ਕਿ ਨਾ ਮੱਝਾਂ ਕੁਛ ਵੀ ਨਹੀਂ, ਅਤੇ ਇਹਨਾਂ ਨੂੰ ਇੰਨੀ ਜ਼ੋਰ ਨਾਲ ਬੰਨਿਆ ਸੀ, ਉਹਨਾਂ ਤੋਂ ਗੱਠਾਂ ਹੀ ਨਹੀਂ ਖੋਲਦੀਆਂ ਸੀਗੀਆਂ, ਅਤੇ ਕਰਦਾ ਨਾਲ ਰੱਸੀਆਂ ਖੋਲੀਆਂ, ਅਤੇ ਫਿਰ ਮੁੜ ਕੇ ਅਤੇ ਰੱਸੀਆਂ ਖੋਲੀਆਂ, ਇਹਨਾਂ ਨੂੰ ਸਾਰਾ ਕੁਝ ਪੁੱਛਿਆ ਅਤੇ ਇਹਨਾਂ ਨੇ ਦੱਸਿਆ, ਅਤੇ ਮੁੜ ਕੇ ਸਵੇਰੇ ਆਉਣੀ ਸੀ ਅਤੇ ਇਹਨਾਂ ਨੂੰ ਹੋਸਪਿਟਲ ਲੈ ਕੇ ਆਏ। ਅਤੇ ਪਤਾ ਲੱਗਾ ਭਾਅ ਜੀ ਕੌਣ ਸੀ ਬੰਦੇ ਪਛਾਣ? ਨਹੀਂ ਪਤਾ ਲੱਗਾ, ਸਵੇਰੇ ਪੁਲਿਸ ਵਾਲੇ ਆਏ ਸੀ, ਆਪਣੀ ਕਾਰਵਾਈ ਕਰਕੇ ਚਲ ਗਏ, ਅਤੇ ਹੁਣ ਕੈਮਰੇ ਚੈੱਕ ਕਰਦੇ ਪਏ, ਹਜੇ ਕੁਛ ਨਹੀਂ ਪਤਾ ਨਹੀਂ ਲੱਗਾ ਭਾਅ ਜੀ। ਕਿੰਨੀਆਂ ਮੱਝਾਂ ਕਿੰਨੀਆਂ ਸੀ ਭਾਅ ਜੀ? 4-3 ਮੱਝਾਂ ਸੀ ਅਤੇ 1 ਕੱਟੀ ਸੀ। ਅੱਛਾ ਜੀ, ਹੋਰ ਵੀ ਮੱਝਾਂ ਕਹਿੰਦੇ ਨੁਕਸਾਨੀਆਂ ਗਈਆਂ? ਨੁਕਸਾਨੀਆਂ ਭਾਅ ਜੀ ਮੱਝਾਂ, ਜਿੱਦਾਂ ਮੱਝਾਂ ਦਾ ਵੀ ਰੋਜ਼ ਇਹਨਾਂ ਨੇ ਤੰਗਲੀ ਅਤੇ ਖੂਨ ਨਾਲ ਲਿਬੜੀ ਪਈ ਸੀ, ਤੰਗਲੀਆਂ ਮੂੰਹ ਸਿਰ ਮੱਝਾਂ 'ਤੇ ਵੀ ਫੜੇ ਆ ਭਾਅ ਜੀ। ਮੱਝਾਂ ਸਾਰੀਆਂ ਜਿੱਦਾਂ
ਜਿੰਨਾ ਉਹਨਾਂ ਨੇ ਗਾਇਲ ਕਰਤੀਆਂ ਸਾਰੀਆਂ ਮੱਝਾਂ। ਹੁਣ ਭਾਅ ਜੀ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ? ਭਾਅ ਜੀ ਪ੍ਰਸ਼ਾਸਨ ਤੋਂ ਮੰਗ ਭਾਅ ਜੀ ਮੱਝਾਂ ਦਾ ਮੱਝਾਂ ਮਿਲ ਜਾਣ ਤਾਂ ਵਧੀਆ ਗੱਲ ਹੈ ਭਾਅ ਜੀ, ਜਾਂ ਸਾਨੂੰ ਜਿੰਨਾ ਨੁਕਸਾਨ ਕਰਤਾ ਜਾਂ ਨੁਕਸਾਨ ਭਰ ਦਿਓ ਉਹਨੂੰ, ਜਾਂ ਭਾਅ ਜੀ ਸਾਨੂੰ ਮੱਝਾਂ ਵਾਪਸ ਦੇ ਦੇਣ, ਹੋਰ ਤਾਂ ਜੀ ਕੋਈ ਮੰਗ ਨਹੀਂ ਕਰਦੇ। ਵਿੱਚ ਮੱਝਾਂ ਵੀ ਚੋਰੀ ਹੋਈਆਂ, ਕਿਸੇ ਨੂੰ ਇੰਜਰਡ ਵੀ ਕੀਤਾ ਗਿਆ ਸਰ, ਕਿੰਨੇ ਬੰਦੇ ਇੰਜਰਡ ਹੋਏ, ਕਿੰਨੀਆਂ ਕੁ ਮੱਝਾਂ ਚੋਰੀ ਹੋਈਆਂ? ਅੱਜ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਬਲਦੇਵ ਸਿੰਘ ਵਾਸੀ ਕੰਗ ਰਾਹੀਆਂ ਜੋ ਕਿ ਹਸਪਤਾਲ ਵਿਖੇ ਦਾਖਲ ਹੈ ਅਤੇ ਜਿਸ 'ਤੇ ਏ ਸੀ ਉਮੇਸ਼ ਕੁਮਾਰ ਨੇ ਜਾ ਕੇ ਬਿਆਨ ਵਗੈਰਾ ਲਿਖੇ। ਬਿਆਨ ਤੋਂ ਇਹ ਗੱਲ ਤਸਦੀਕ ਹੋਈ ਹੈ ਕਿ ਰਾਤ ਨੂੰ ਕਰੀਬ 1:30 ਵਜੇ 4 ਅੜਪ ਛੱਤ ਵਿਅਕਤੀਆਂ ਨੇ ਜਿਨ੍ਹਾਂ ਦੇ ਖੜਕੇ ਹੋਣ 'ਤੇ ਬਲਦੇਵ ਸਿੰਘ ਉੱਠਿਆ ਸੀ ਅਤੇ ਜਿਸ ਨੂੰ ਉਹਨਾਂ ਨੇ ਜ਼ਬਰਦਸਤੀ ਫੋਰਸਫੁਲੀ ਕੁੱਟਮਾਰ ਕਰਕੇ ਮੰਜੇ ਦੇ ਨਾਲ ਬੰਨ੍ਹ ਕੇ ਉੱਥੇ 3 ਮੱਝਾਂ ਅਤੇ 1 ਕੱਟਾ ਚੋਰੀ ਕਰ ਲਿਆ ਅਤੇ ਚੋਰੀ ਕਰਨ ਉਪਰੰਤ ਉਹ 4 ਵਹੀਕਲਸ, 4 ਟਾਇਰੀ ਵਹੀਕਲਸ ਜੋ ਕਿ ਕੋਈ ਟੈਂਟ ਟਾਈਪ ਸੀਗਾ ਉਸ ਤੋਂ ਐਬਸਕੌਂਡ ਹੋ ਗਿਆ। ਮਾਮਲੇ ਦੀ ਨੌਲੇਜ ਆਉਣ ਤੋਂ ਬਾਅਦ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ, ਵੀਡੀਓ ਫੁਟੇਜਿਸ ਖੰਗਾਲੀ ਜਾ ਰਹੀਆਂ ਅਤੇ ਕਾਫੀ ਹੱਦ ਤੱਕ ਰੂਟ ਕਲੀਅਰ ਹੋਇਆ ਅਤੇ ਦੋਸ਼ੀਆਂ ਨੂੰ ਅਰੈਸਟ ਕਰਕੇ ਅਗਲੀ ਕਾਰਵਾਈ ਮਿਲ ਸਕਿਆ। ਕੋਈ ਇੱਦਾਂ ਦੀ ਗੱਲ ਵੀ ਹੈ ਸਰ, ਇੱਕ ਉਹਨਾਂ ਵੱਲੋਂ ਕਿਹਾ ਗਿਆ ਵੀ ਉਹਨਾਂ ਦੇ ਕੋਲ ਵਾਈਪਨ ਸੀ, ਉਹ ਕਹਿੰਦੇ ਜੇ ਕੁਛ ਬੁੱਲੇ ਗੋਲੀ ਮਾਰਦੇ ਨੇ? ਨਹੀਂ, ਵੈਪਨ ਸੰਬੰਧੀ ਕੋਈ ਗੱਲ ਬਲਦੇਵ ਸਿੰਘ ਨੇ ਨਹੀਂ ਦੱਸੀ ਹੈ ਅਤੇ ਉਹਨੂੰ ਫੋਰਸਫੁਲੀ ਜ਼ਰੂਰ ਡਿਟੇਨ ਕੀਤਾ ਗਿਆ, ਉਹਨੂੰ ਬੰਨਿਆ ਵੀ ਗਿਆ, ਉੱਥੋਂ ਹੀ ਇੱਕ ਚੱਦਰ ਪਾੜ ਕੇ ਉਹਨੂੰ ਬੰਨਿਆ ਗਿਆ, ਪਲੱਸ ਉਹਨੂੰ ਉਹਦਾ ਕੁੱਟਮਾਰ ਵੀ ਹੋਈ। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।